ਕੁਛ ਵੀ ਨਹੀਂ ਕੀਤਾ, ਉਹ ਮਾੜਾ ਚੰਗਾ ਬੋਲਣ ਡਿਆ। ਪੁੱਛੋ ਸਾਰੀ ਮਾਰਕੀਟ ਦੇ ਨਾਲੇ ਧੱਕੇ ਨਾਲ ਸ਼ਟਰ ਭੰਨਤੇ, ਮੇਰੇ ਅੰਦਰੋਂ ਭੰਨਤੀ ਦੁਕਾਨ ਆ, ਇਹਨਾਂ ਨੇ ਧੱਕਾ ਕੀਤਾ ਮੇਰੇ ਨਾਲ, ਕਹਿੰਦਾ ਤੂੰ ਪ੍ਰਧਾਨ ਆ, ਇਹਨਾਂ ਨੇ ਪੂਰਾ ਟਾਰਗੇਟ ਬਣਾਇਆ। ਜੇ ਮੈਨੂੰ ਅੰਤਰ, ਜੇ ਮੇਰੇ ਕੈਮਰੇ ਨਾ ਚੱਲਦੇ ਇਹਨਾਂ ਨੇ ਮੈਨੂੰ ਅੰਦਰ ਹੀ ਮਾਰ ਦੇਣਾ ਸੀਗਾ। ਜਦੋਂ ਮੈਂ ਇਹਨਾਂ ਨੂੰ ਕਿਹਾ ਕੈਮਰੇ ਚੱਲ ਰਹੇ ਨੇ, ਤੁਹਾਡੇ ਨਾਲ ਕਾਰਵਾਈ ਹੋਊਗੀ, ਫਿਰ ਇਹ ਪਿੱਛੇ ਚਲੇ ਜਾਓ। ਹਾਂ ਬਾਕੀ ਇਹ ਨਾ ਧੱਕੇ ਨਹੀਂ ਮਾਰ, ਮੈਂ ਸਕਦੀ ਹਾਂ ਹੱਥ ਹੱਥ ਨਾ ਲਾਓ, ਦੱਸ ਵਿਦਰ ਸਿੰਘ ਜੀ ਡੀ ਐਸ ਪੀ ਸਾਹਿਬ ਸਾਹਮਣੇ ਖਲੋਤੇ ਨੇ, ਜੋ ਮੈਨੂੰ ਹੁਕਮ ਕਰੇ ਕਨੇਡਾ ਕੀ ਕਰਦਾ, ਤੁਹਾਨੂੰ ਕੀ ਗੱਲ ਹੈ, ਜੋ ਹੁਕਮ ਕਰੇ ਜੀ ਹੁਕਮ ਕਰਤਾ ਦਿੱਤੇ ਮੈਂ ਚੱਲਿਆ ਸਾਂ, ਸਾਲ ਬਾਅਦ ਤੁਸੀਂ ਕਹਿ ਤਾ ਤੁਹਾਨੂੰ ਮੈਂ ਕਰੇ ਜਦੋਂ ਤੁਹਾਨੂੰ ਕਹੇ ਤਾਂ ਫਿਰ ਜਾਓ ਨਹੀਂ, ਤੁਸੀਂ ਸਾਰਾ ਨਾ ਕਰੋ, ਮੇਰੇ ਲਈ ਐਸ ਐਚ ਓ ਆ ਕੇ ਤਾਂ ਬਾਹਲਾ ਵਿਸ਼ਾ ਹੈ, ਤੁਸੀਂ ਨਾ ਕਰੋ ਤੁਸੀਂ ਨਾ ਕਰੋ ਮੈਂ ਸਾਹਿਬ ਮੈਂ ਸੈਕਟਰੀ ਹਾਂ ਧਰਮ ਪ੍ਰਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਇਹ ਕਾਫੀ ਸਮੇਂ ਤੋਂ ਲਗਭਗ 40 ਸਾਲ ਤੋਂ ਇਹ ਦੁਕਾਨਾਂ ਜਿਹੜੀਆਂ ਇਹ ਗੁਰਦੁਆਰਾ ਗਾਂਧਾ ਸਾਹਿਬ ਬਰਨਾਲਾ ਦੇ ਨਾਂ 'ਤੇ ਆ ਅਤੇ ਉਹਦੇ ਕਿਰਾਏਨਾਮੇ ਜਿਹੜੇ ਇਹ ਦੁਕਾਨਦਾਰਾਂ ਨੇ ਲਿਖੇ ਆ ਅਤੇ ਇਹ ਅਸੀਂ ਗੁਰਦੁਆਰਾ ਗਾਂਧਾ ਸਾਹਿਬ ਨੇ ਹੀ ਇਹਨਾਂ ਸਾਰੇ ਦੁਕਾਨਦਾਰਾਂ ਨੂੰ ਕਿਰਾਏ 'ਤੇ ਦਿੱਤੀਆਂ। ਇੱਥੇ ਇੱਕ ਸਾਧ ਪਿਆਰਾ ਸਿੰਘ 2-3 ਮਹੀਨੇ ਹੋ ਗਏ ਆ, ਉਹ ਉੱਠ ਕੇ ਇਹਨਾਂ ਦੁਕਾਨਦਾਰਾਂ ਨੂੰ, ਕੁਛ ਕੁ ਨੰਬਰਦਾਰ ਇੱਥੇ ਬਣੇ ਨੇ ਦੁਕਾਨਾਂ ਵਾਲੇ, 2-4 ਬੰਦੇ ਇਹਨੇ ਜ਼ਿਆਦਾ ਨਹੀਂ ਹੈ, ਉਹ ਬਾਬੇ ਪਿਆਰੇ ਨਾਲ ਰਲ ਕੇ ਅਤੇ ਉਹ ਕਹਿੰਦੇ ਆ ਵੀ ਕਿਰਾਇਆ ਸਾਨੂੰ ਦਿਓ। ਉਹਨਾਂ ਦਾ ਕੋਈ ਹੱਕ ਨਹੀਂ ਬਣਦਾ ਬਾਬੇ ਪਿਆਰੇ ਦਾ, ਨਾ ਬਾਬੇ ਪਿਆਰੇ ਕੋਲ ਕੋਈ ਕਿਰਾਏਨਾਮਾ ਹੈ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਦੁਕਾਨਾਂ ਧੰਨ ਗੁਰੂ ਰਾਮਦਾਸ ਦੀਆਂ ਦੁਕਾਨਾਂ। ਮੇਰੀ ਬਰਨਾਲਾ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਧੰਨ ਗੁਰੂ ਰਾਮਦਾਸ ਦੀਆਂ ਦੁਕਾਨਾਂ, ਇਹਨਾਂ ਨੂੰ ਹੀ ਕਿਰਾਇਆ ਦਿੱਤਾ ਜਾਵੇ, ਸੰਸਥਾ ਦੀ ਮਦਦ ਕੀਤੀ ਜਾਵੇ। ਜਿਹੜਾ ਕਿਰਾਏਦਾਰ ਸਾਨੂੰ ਕਿਰਾਇਆ ਦੇਊਗਾ ਉਹ ਭਾਵੇਂ ਆਪਣੇ ਦਾਦੇ ਪੜਦਾਦਿਆਂ ਤੱਕ ਵੀ ਬੈਠਾ ਰਹੇ, ਉਹਨੂੰ ਅਸੀਂ ਕੁਛ ਵੀ ਨਹੀਂ ਕਹਿੰਦੇ, ਕਿਰਾਇਆ ਦੇਈ ਜਾਵੇ, ਆਪਣੀ ਦੁਕਾਨ 'ਤੇ ਬੈਠਾ ਰਹੇ। ਕਿਰਾਇਆ ਨਹੀਂ ਦਿੱਤਾ ਅਗਲਾ ਸ਼ਹਿਰ ਕੀ ਹੋਵੇ? ਜਿਹੜਾ ਕਿਰਾਇਆ ਨਹੀਂ ਦਿੰਦਾ ਉਹਦੀ ਦੁਕਾਨ ਨੂੰ ਤਾਲਾ ਮਾਰਾਂਗੇ, ਕੁਛ ਤਾਲੇ ਮਾਰਤੇ ਆ, ਕੋਈ ਗਾਂਹ ਵੀ ਮਾਰਾਂਗੇ। ਹਾਂ ਪ੍ਰਸ਼ਾਸਨ ਚਲੋ ਸਾਡਾ ਸਾਥ ਦੇ ਰਿਹਾ, ਜੇ ਪ੍ਰਸ਼ਾਸਨ ਵੀ ਸਾਥ ਨਾ ਦਊ ਤਾਂ ਸਾਨੂੰ ਕੋਈ ਉਹਦੀ ਪ੍ਰੋਬਲਮ ਨਹੀਂ। ਅਸੀਂ ਆਪਣੇ ਤੌਰ 'ਤੇ ਕੰਮ ਕਰਨਾ ਜਾਣਦੇ ਹਾਂ, ਕਿੱਦਾਂ ਕਰਨਾ ਸਾਨੂੰ ਪਤਾ, ਜਾਇਦਾਦ ਸਾਡੀ ਹੈ, ਅਸੀਂ ਉਹਦੇ ਮੁਲਾਜ਼ਮ ਹਾਂ, ਅਸੀਂ ਉਹਦੀ ਜਾਇਦਾਦ ਨੂੰ ਸਾਂਭਣਾ ਸਾਡਾ ਫਰਜ਼ ਹੈ। ਇਸ ਕਰਕੇ ਅੱਜ ਅਸੀਂ ਇੱਥੇ ਦੁਕਾਨਾਂ 'ਤੇ ਤਾਲੇ ਮਾਰੇ ਹੈ, ਇਹ ਗੁਰਦੁਆਰਾ ਗਾਂਧਾ ਸਾਹਿਬ ਦੀਆਂ ਦੁਕਾਨਾਂ ਆ, ਪਲੀਜ਼ ਉਹਨਾਂ ਨੂੰ ਬੇਨਤੀ ਹੈ ਜਿਹਨਾਂ ਨੂੰ ਦੁਕਾਨਾਂ ਮਾਰੀਆਂ ਤਾਲੇ ਮਾਰੇ ਉਹਨਾਂ ਨੂੰ ਸਾਡੀ ਕੋਈ ਦੁਸ਼ਮਣੀ ਨਹੀਂ, ਉਹ ਅੱਜ ਹੀ ਆ ਕੇ ਸਾਨੂੰ ਕਿਰਾਇਆ ਦੇ ਦੇਣ ਅਤੇ ਚਾਬੀਆਂ ਸਾਡੇ ਤੋਂ ਲੈ ਆਉਣ, ਸਾਡਾ ਉਹਦੇ ਨਾਲ ਕੋਈ ਵੈਰ ਨਹੀਂ, ਆਪਣਾ ਬਿਜ਼ਨਸ ਕਰਨ, ਤਗੜੇ ਹੋ ਗਏ,
ਪਰ ਕਿਰਾਇਆ ਜਿਹੜਾ ਉਹ ਅੱਜ ਦੀ ਡੇਟ ਦੇ ਵਿੱਚ ਜਾਂ ਕੱਲ੍ਹ ਤੱਕ ਉਹ ਸਾਨੂੰ ਕਿਰਾਇਆ ਪਹੁੰਚਾ ਦੇਣ ਅਤੇ ਅਸੀਂ ਜਿਹੜੀਆਂ ਚਾਬੀਆਂ ਜਿਹੜੀਆਂ ਉਹ ਦੁਕਾਨਦਾਰ ਨੂੰ ਦੇ ਦੇਵਾਂਗੇ। ਪਰ ਜੇਕਰ ਨਹੀਂ ਦੇਣਗੇ ਤਾਂ ਫਿਰ ਇਸੇ ਤਰ੍ਹਾਂ ਹੀ ਜਿਹੜਾ ਸੰਘਰਸ਼ ਉਹ ਜਾਰੀ ਰਹੇ। ਜ਼ਿਆਦਾਤਰ ਪਤਾ ਨਹੀਂ ਕਿੰਨਾ ਦਾ ਨਿਰਮਲ ਭੇਖ ਦੇ ਵਿੱਚ ਆ, ਹੈ ਅਤੇ ਉਹ ਸਾਡਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ, ਹੈ ਨਾ ਜੀ। ਉਹ ਅਸੀਂ ਉਹਨੂੰ ਅਸੀਂ ਉਹ ਤੋਂ ਕੀ ਲੈਣਾ, ਜਾਇਦਾਦ ਗੁਰੂ ਘਰ ਦੀ ਆ, ਗੁਰੂ ਘਰ ਦੀ ਜਾਇਦਾਦ ਦੀਆਂ ਦੁਕਾਨਾਂ ਆ, ਕਿਰਾਇਆ ਦਿਓ ਅਤੇ ਆਨੰਦ ਲਓ। ਹਾਂਜੀ, ਬਾਬੇ ਨੂੰ ਕਿਉਂ ਕਿਰਾਇਆ ਦੇ ਰਹੇ ਜੀ? ਉਹਦੇ ਕੋਲ ਕੀ ਅਥਾਰਟੀ ਆ? ਮੈਂ ਸੈਕਟਰੀ ਹਾਂ, ਮੇਰੇ ਕੋਲ ਅਥਾਰਟੀ ਆ। ਮੈਨੇਜਰ ਆ ਇੱਥੋਂ ਦਾ ਗਾਂਧਾ ਸਾਹਿਬ ਦਾ, ਉਹਦੇ ਕੋਲ ਅਥਾਰਟੀ ਆ। ਦੂਜੇ ਬੰਦੇ ਕੋਲ ਕਿਉਂ ਅਥਾਰਟੀ ਆ ਜੀ? ਦੁਕਾਨਾਂ ਗੁਰੂ ਘਰ ਦੀਆਂ, ਉਹਨਾਂ ਨੂੰ ਰਸੀਦ ਮਿਲਦੀ ਆ। ਦੁਕਾਨਦਾਰਾਂ ਨਾਲ ਜੋ ਧੱਕਾ ਹੋ ਰਿਹਾ ਉਹਦੇ ਸੰਬੰਧ ਵਿੱਚ ਇੱਥੇ ਆਇਆ। ਇਹ ਦੁਕਾਨਾਂ ਡੇਰਾ ਬਾਬਾ ਗਾਂਧਾ ਸਿੰਘ ਦੀਆਂ ਨੇ, ਡੇਰਾ ਬਾਬਾ ਗਾਂਧਾ ਸਿੰਘ ਦੀ ਅਧਿਕਾਰ ਹੈ। ਕਿਰਾਇਆ ਦੁਕਾਨਦਾਰ ਡੇਰਾ ਬਾਬਾ ਗਾਂਧਾ ਸਿੰਘ ਨੂੰ ਦੇ ਰਹੇ ਨੇ। ਸੁਰਜੀਤ ਸਿੰਘ ਮੈਨੇਜਰ 100-200 ਬੰਦਾ ਲੈ ਕੇ ਇੱਥੇ ਕਿਰਪਾਨਾਂ ਨੰਗੀਆਂ ਲੈ ਕੇ, ਡਾਂਗਾਂ ਲੈ ਕੇ ਦੁਕਾਨਦਾਰਾਂ ਨੂੰ ਫੜ ਕੇ ਬਾਹਰ ਕੱਢਤਾ, ਉਹਨਾਂ ਦਾ ਸਮਾਨ ਤੋੜਤਾ, ਉਹਨਾਂ ਦੀ ਭੰਨ ਤੋੜ ਕਰਕੇ ਉਹਨਾਂ ਨੇ ਧੱਕੇ ਨਾਲ ਤਾਲੇ ਲਾਤੇ। ਇਹ ਧੱਕੇ ਨਾਲ ਤਾਣੇ ਲਾਉਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ। ਸ਼ਹਿਰ ਦੇ ਵਿੱਚ 80% ਦੁਕਾਨਾਂ ਕਿਰਾਏ 'ਤੇ ਨੇ। ਜੇ ਕੋਈ ਕਿਸੇ ਦਾ ਫਰਜ਼ ਕਰੋ ਕੋਈ ਹੈਗਾ ਗੱਲਬਾਤ, ਉਹ ਕੋਰਟ 'ਚ ਜਾਂਦੇ ਨੇ, ਕੋਰਟ ਦੀ ਮਾਰਫਤ ਕਾਰਵਾਈ ਕਰਦੇ ਨੇ। ਜੇ ਇਹਨਾਂ ਨੂੰ ਕੋਈ ਅਧਿਕਾਰ ਹੈ ਕੋਰਟ 'ਚ ਜਾਣ। ਅਤੇ ਇਹ ਗੁੰਡਾਗਰਦੀ ਨਹੀਂ ਕਰਨੀ ਚਾਹੀਦੀ। ਗੁੰਡਾਗਰਦੀ ਪ੍ਰਤੀ ਜੇ ਕਿਸੇ ਕਿਸਮ ਦੀ ਵੀ ਕੋਈ ਦੁਕਾਨਦਾਰ ਦੇ ਉੱਤੇ ਕੋਈ ਵਿਪਤਾ ਆਉਂਦੀ ਹੈ, ਜੋ ਕੋਈ ਆਉਂਦੀ ਹੈ, ਮੇਰਾ ਕਤਰਾ ਕਤਰਾ ਖੂਨ ਦਾ ਮਤਲਬ ਜਾਣੀ ਦੁਕਾਨਦਾਰਾਂ ਦੇ ਹੱਕ 'ਚ ਵਹਾ ਦੂੰਗਾ, ਪਿੱਛੇ ਨਹੀਂ ਹਟੂੰਗਾ। ACPC ਦਾ ਕੋਈ ਲੱਖ ਕਈ ਨਹੀਂ, ਕੀ ਮਤਲਬ ACPC ਦਾ? 15-12-23 ਨੂੰ ਜਦੋਂ ਸੁਪਰੀਮ ਕੋਰਟ ਨੂੰ ਕੋਈ ਵੱਡਾ ਕੋਰਟ ਹੈ, ਸੁਪਰੀਮ ਕੋਰਟ 'ਚ ਜਦੋਂ ਇਹ ਕੇਸ ਡਿਸਮਿਸ ਹੋ ਗਿਆ, ਫਿਰ ਕੀ ਲੱਲਾ ਕੱਕਾ ਰਹਿ ਗਿਆ ਇਹਨਾਂ ਦਾ? ਦੁਕਾਨਾਂ ਡੇਰਾ ਬਾਬਾ ਗਾਂਧਾ ਸਿੰਘ ਦੇ ਨੇ, ਡੇਰਾ ਬਾਬਾ ਗਾਂਧਾ ਸਿੰਘ ਇਹਦਾ ਮਾਲਕ ਹੈ। ਗੁੰਡਾਗਰਦੀ ਇਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਨੇ, ਇਹਨਾਂ 'ਤੇ ਐਕਸ਼ਨ ਲੈਣਾ ਚਾਹੀਦਾ ਪ੍ਰਸ਼ਾਸਨ ਨੂੰ। ਅਸੀਂ ਪ੍ਰਸ਼ਾਸਨ ਨੂੰ ਹੱਥ ਤੋੜ ਕੇ ਬੇਨਤੀ ਕਰਦੇ ਹਾਂ ਵੀ ਕਿਸੇ ਕਿਸਮ ਦਾ ਕਿਸੇ ਵਪਾਰੀ ਨਾਲ ਜਾਂ ਆਮ ਪਬਲਿਕ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਅਸੀਂ ਕਾਰਵਾਈ ਦੀ ਗੱਲ ਤਾਂ ਸਾਡੀ ਤਾਂ ਆਟੋਮੈਟਿਕ ਕਾਰਵਾਈ ਹੋਈ ਵੀ ਆ ਸਾਨੂੰ, ਅਸੀਂ ਤਾਂ ਸੁਪਰੀਮ ਕੋਰਟ ਤੱਕ ਤੋਂ ਡੇਰੇ ਦੇ ਹੱਕ 'ਚ ਹੋਇਆ ਪਿਆ। ਸਾਡੇ ਕੋਲ ਤਾਂ ਸਾਨੂੰ ਕਾਰਵਾਈ ਦੀ ਲੋੜ ਨਹੀਂ, ਸਾਡੇ ਤਾਂ ਕਾਰਵਾਈ ਸੁਪਰੀਮ ਕੋਰਟ ਤੱਕ ਸਾਡੇ ਹੱਕ 'ਚ ਹੋਈ ਵੀ ਹੈ, ਡੇਰਾ ਬਾਬਾ ਗਾਂਧਾ ਸਿੰਘ ਦੇ। ਮੈਂ ਮੈਨੇਜਰ ਗੁਰਦੁਆਰਾ ਗਾਂਧਾ ਸਿੰਘ ਬਰਨਾਲਾ, ਸੁਰਜੀਤ ਸਿੰਘ ਮੇਰਾ ਨਾਮ ਹੈ। ਇਹ ਸਾਰੀਆਂ ਜਿੰਨੀਆਂ ਦੁਕਾਨਾਂ ਨੇ ਇਹ ਗੁਰਦੁਆਰਾ ਬਾਬਾ ਗਾਂਧਾ ਸਿੰਘ ਦੀਆਂ ਦੁਕਾਨਾਂ ਨੇ। 50 ਸਾਲਾਂ ਤੋਂ ਅਸੀਂ ਇਹਨਾਂ ਦੁਕਾਨਾਂ ਦਾ ਕਿਰਾਇਆ ਲੈਂਦੇ ਆ ਰਹੇ ਹਾਂ, ਲੇਕਿਨ ਮਹੰਤ ਪਿਆਰਾ ਸਿੰਘ ਗੁੰਡਿਆਂ ਨੂੰ ਨਾ ਲੈ ਕੇ ਇਹਨਾਂ ਦੁਕਾਨਾਂ 'ਤੇ ਕਿਰਾਇਆ ਇਕੱਠਾ ਕਰਨ ਲੱਗ ਗਿਆ। ਕੁਝ ਦੁਕਾਨਦਾਰ ਉਹਨਾਂ ਨੂੰ ਕਿਰਾਇਆ ਦੇਣ ਲੱਗ ਗਏ, ਉਹਨਾਂ ਨੂੰ ਇਹ ਲਾਲਚ ਹੋ ਗਿਆ ਵੀ ਸਾਡਾ ਕਿਰਾਇਆ ਅਦਾ ਕਰਤਾ। ਜਿਸ ਬੰਦੇ ਕੋਲ ਕੋਈ ਕੋਰਟ ਦਾ ਆਰਡਰ ਨਹੀਂ, ਉਹ ਜਿਹੜੀ ਮਰਜ਼ੀ ਜਿਹਦਾ ਜਾ ਕੇ ਕਿਰਾਇਆ ਲੈ ਲੱਗ ਜੂਗਾ। ਸਾਡੀਆਂ ਦੁਕਾਨਾਂ ਨੇ ਗੁਰੂ ਘਰ ਦੀਆਂ ਸਾਡੇ ਨਾਮ ਕਿਰਾਏਨਾਮੇ ਨੇ। ਇਹ ਬੰਦੇ ਪਹਿਲਾਂ ਵੀ ਸਾਡੇ ਕੇਸਾਂ ਦੇ ਵਿੱਚ ਪਏ, ਇਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਹੁਣ ਜਿਹੜੇ ਕੁਝ ਦੁਕਾਨਦਾਰ ਮਿਲੇ ਹੋਏ ਸੀ, ਜਿਹੜੇ ਪ੍ਰਧਾਨਗੀਆਂ ਭਾਲਦੇ ਸੀ, ਜਿਹਨਾਂ ਨੂੰ ਇਹ ਸ਼ਾਇਦ ਦੁਕਾਨਾਂ ਅਸੀਂ ਅਸੀਂ ਦੱਬਲਾਂਗੇ, ਉਹਨਾਂ ਦੁਕਾਨਾਂ 'ਤੇ ਅਸੀਂ ਕਾਰਵਾਈ ਕਰਨ ਆਏ ਹਾਂ ਆਪਣੀਆਂ ਸ਼ਰਤਾਂ ਦੇ ਮੁਤਾਬਕ। ਸਾਡੇ ਕਿਰਾਏਨਾਮੇ ਲਿਖੇ ਹੁੰਦੇ ਆ, ਉਹਦੇ ਵਿੱਚ ਕਿਹਾ ਜਾਂਦਾ ਵੀ ਜਿਹੜਾ 2 ਮਹੀਨੇ ਕਿਰਾਇਆ ਨਹੀਂ ਦਊਗਾ ਉਹਦੇ ਅਸੀਂ ਜਿੰਦਾ ਲਾ ਦਾਂਗੇ। ਉਹ ਜਿੰਦੇ ਲਾਏ ਨੇ ਜਿਹਨਾਂ ਨੇ ਕਿਰਾਇਆ ਨਹੀਂ ਭਰਿਆ। ਹਾਂਜੀ, ਅੱਜ ਵੀਰ ਜੀ ਕਿਰਾਇਆ ਤਾਂ ਲਗਭਗ ਕਾਫੀ ਦੁਕਾਨਦਾਰ ਨਹੀਂ ਦੇ ਰਹੇ, ਇਹ ਸਾਰੇ ਤਾਂ ਨਹੀਂ ਸਹੇਗੇ, ਸਾਰੇ ਸਾਨੂੰ ਕੁਝ ਦੁਕਾਨਦਾਰ ਸਾਨੂੰ ਕਿਰਾਇਆ ਦੇ ਰਹੇ ਨੇ। ਹੁਣ ਤੱਕ ਅਸੀਂ ਲਗਭਗ 8 ਦੁਕਾਨਾਂ 'ਤੇ ਜਿੰਦੇ ਲਾ ਤੇ, ਉਹ 8 ਨੇ ਜਿਹੜੇ ਪ੍ਰਧਾਨ ਬਣੇ ਹੋਏ ਸੀ ਵੀ ਗੁਰਦੁਆਰਾ ਦੱਸਿਆ ਕਿ ਲੱਲਾ ਕਾਕਾ, ਉਹਨਾਂ ਨੂੰ ਇਹ ਹੈ ਵੀ ਬਾਬਾ ਪਿਆਰਾ ਸਿੰਘ ਤੁਹਾਨੂੰ ਕੋਈ ਕੋਰਟ ਦਾ ਆਰਡਰ ਦੇ ਦੇ ਵੀ ਜਿਹਦੇ ਕਰਕੇ ਕੋਰਟ ਨੇ ਕਿਹਾ ਹੋਵੇ ਵੀ ਬਾਬਾ ਪਿਆਰਾ ਕਰਾ ਲੈਂਦਾ ਹੱਕਦਾਰ ਆ। ਅਸੀਂ ਉਸ ਹਿਸਾਬ ਨਾਲ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਇਹ ਕਾਰਵਾਈ ਕੀਤੀ ਹੈ।
ਹੁਣ ਸਾਡੇ ਕੋਲ ਪ੍ਰਸ਼ਾਸਨ ਆਇਆ, ਪ੍ਰਸ਼ਾਸਨ ਕਹਿੰਦਾ ਵੀ ਅਸੀਂ ਗੱਲਬਾਤ ਕਰਾਂਗੇ, ਤੁਸੀਂ ਇਸ ਤੋਂ ਬਾਅਦ ਜਿੰਦੇ ਨਾ ਲਾਓ। ਅਸੀਂ ਪ੍ਰਸ਼ਾਸਨ ਦੀ ਮੰਨਦੇ ਹੋਏ ਇਸ ਤੋਂ ਬਾਅਦ ਜਿੰਦੇ ਨਹੀਂ ਲਾਉਂਦੇ, ਉਹਨਾਂ ਨੂੰ ਸੱਦੂਗਾ। ਜੇਕਰ ਨਹੀਂ ਕੋਈ ਕਾਰਵਾਈ ਕਰਨਗੇ ਫਿਰ ਅਸੀਂ ਅੱਗੇ ਕਾਰਵਾਈ ਕਰਾਂਗੇ। ਹਾਂਜੀ, ਕਿਰਾਏਨਾਮਾ ਲਗਭਗ ਜਦੋਂ ਦੀਆਂ ਦੁਕਾਨਾਂ ਨੇ ਸਾਡੇ ਨਾਲ ਦੇ ਕਿਰਾਏਨਾ ਲਿਖੇ ਹੋਏ ਨੇ, ਕਿਰਾਏਨਾਮੇ ਲਿਖੇ ਹੋਏ ਨੇ। ਮੈਂ ਮਾਰਕੀਟ ਦਾ ਪ੍ਰਧਾਨ ਹਾਂ, ਐਸ ਜੀ ਪੀ ਸੀ ਨਾਲ ਡੇਰੇ ਦਾ ਵਿਵਾਦ ਚੱਲ ਰਿਹਾ ਸੀਗਾ, ਡੇਰੇ ਨੇ ਮੈਨੂੰ ਸਰਬਸੰਮਤੀ ਨਾਲ ਦੁਕਾਨਾਂ ਦਾ ਪ੍ਰਧਾਨ ਮਾਰਕੀਟ ਦਾ ਬਣਾਇਆ ਸੀਗਾ। ਉਸ ਤੋਂ ਬਾਅਦ ਇਹਨਾਂ ਨੇ ਆ ਕੇ ਟਾਰਗੇਟ ਕੀਤਾ, ਆ ਕੇ ਮੇਰੇ ਕੋਲ 100-150 ਬੰਦਾ ਹਥਿਆਰਾਂ ਨਾਲ ਲੈ ਸੀ, ਮੇਰੇ ਕੈਮਰੇ ਚੱਲਦੇ ਨੇ, ਆ ਕੇ ਮੈਨੂੰ ਖਿੱਚ ਲਿਆ, ਕਹਿੰਦੇ ਇਹਨੂੰ ਮਾਰ ਮੁਕਾ ਕੇ ਇੱਕ ਵਾਰੀ ਦੁਕਾਨ ਨੂੰ ਜਿੰਦਾ ਲਾ ਦਿਓ, ਠੀਕ ਹੈ ਜੀ, ਇੱਕ ਵਾਰ ਮੇਰੀ ਦੁਕਾਨ ਨੂੰ ਜਿੰਦਾ ਲਾਤਾ ਜੀ ਇਹਨਾਂ ਨੇ, ਠੀਕ ਹੈ, ਕਹਿੰਦੇ ਇਹਨੂੰ ਮਾਰ ਮੁਕਾ ਕੇ ਗੱਡੀ ਦੇ ਵਿੱਚ ਸੁੱਟ ਲਓ। ਪੂਰੇ ਹਥਿਆਰਾਂ ਨਾਲ ਲੈ ਸੀ, ਇਹਨਾਂ ਕੋਲ ਕਿਰਪਾਨਾਂ ਸੀ, ਇਹਨਾਂ ਕੋਲ ਹਥਿਆਰ ਸੀਗੇ, ਅਤੇ ਕਹਿੰਦੇ ਤੂੰ ਕੌਣ ਹੁੰਦਾ ਹੈਗਾ, ਕਹਿੰਦੇ ਡੇਰੇ ਦਾ, ਡੇਰੇ ਨਾਲ ਸਾਡਾ ਵਿਵਾਦ ਹੈ, ਅਸੀਂ ਤੁਹਾਡੇ ਤੋਂ ਕਿਰਾਇਆ ਲਵਾਂਗੇ। ਇਹ ਐਸ ਜੀ ਪੀ ਸੀ ਆਪਣਾ ਇਹ ਹਾਰ ਚੁੱਕੀ ਹੈ ਜੀ, ਕੇਸ ਹਾਰ ਚੁੱਕੀ ਆ, ਹਾਈ ਕੋਰਟ 'ਚ ਇਹ ਕੇਸ ਹਾਰ ਚੁੱਕੀ ਸੀ, ਜਿਹਦੇ ਮਾਲਕ ਪਿਆਰਾ ਸਿੰਘ ਸੀਗੇ, ਇਹਨਾਂ ਨੇ ਫਿਰ ਸੁਪਰੀਮ ਕੋਰਟ 'ਚ ਕੇਸ ਚੱਲ ਕੀਤਾ, ਸੁਪਰੀਮ ਕੋਰਟ 'ਚ ਇਹਨਾਂ ਨੇ ਕੇਸ ਵਾਪਸ ਲੈ ਲਿਆ ਵੀ ਅਸੀਂ ਕੋਈ ਕੇਸ ਨਹੀਂ ਲੜਨਾ ਚਾਹੁੰਦੇ। ਉਸ ਤੋਂ ਬਾਅਦ ਸਾਰੇ ਦੁਕਾਨਦਾਰ ਜਿੰਨੀ ਵੀ 250-300 ਦੁਕਾਨ ਆ ਗਈ, ਸਾਰੇ ਕਿਰਾਇਆ ਪਿਆਰਾ ਸਿੰਘ ਨੂੰ ਦੇਣਾ ਸ਼ੁਰੂ ਕਰਤਾ ਜੀ। ਉਸ ਤੋਂ ਬਾਅਦ ਜਦੋਂ ਸਾਡੀ ਇੱਕ ਕਮੇਟੀ ਬਣੀ, ਉਦੋਂ ਬਾਅਦ ਆਉਣ ਸਾਰੇ ਇਹਨਾਂ ਨੇ ਸਾਡੇ ਧਾਵਾ ਬੋਲਤਾ, ਇਸ ਤਰ੍ਹਾਂ ਸੋਪਤੀ ਬੈਠੇ ਸੀਗੇ, ਜੇ ਅਸੀਂ ਉੱਥੋਂ ਨਾ ਵੱਜਦੇ ਇਹਨਾਂ ਨੇ ਸਾਨੂੰ ਉੱਥੇ ਮਾਰ ਮੁਕਾ ਕੇ ਸੜ ਜਾਣਾ ਸੀਗਾ, ਕਿਉਂਕਿ ਐਸ ਜੀ ਪੀ ਦੇ ਹੁਣ ਵੀ ਤੁਸੀਂ ਗੁਰਦੁਆਰੇ 'ਚ ਜਾ ਕੇ ਦੇਖ ਲਓ, ਪੂਰੇ ਇਹਨਾਂ ਦੇ ਹਥਿਆਰ ਪਏ ਨੇ ਉੱਥੇ, ਇੱਥੇ ਵੀ ਹਥਿਆਰ ਲੈ ਕੇ ਆਏ ਨੇ, ਤੁਸੀਂ ਹੁਣ ਹੀ ਜਾ ਕੇ ਚੈੱਕ ਕਰ ਲਓ ਸਾਰਾ, ਜਿੰਨਾ ਵੀ ਹਥਿਆਰ ਹੈਗਾ, ਜਿੰਨੀਆਂ ਵੀ ਇਹਨਾਂ ਕਿਰਪਾਨਾਂ, ਜਿੰਨੇ ਵੀ ਹਥਿਆਰ ਨੇ, ਉਹ ਸਾਹਮਣੇ ਬਾਬਾ ਬੀਬੀ ਪ੍ਰਧਾਨ ਕੌਰ ਗੁਰਦੁਆਰੇ ਦੇ ਵਿੱਚ ਇਹਨਾਂ ਦੇ ਲੈਸ ਨਾਲ, ਉਹਦੇ ਨਾਲ ਹਥਿਆਰਾਂ ਨਾਲ ਲੈਸ ਹੋਏ ਬੈਠੇ ਨੇ। ਪਾਰੀ ਵੱਲੋਂ ਇਹਨਾਂ ਦੇ ਮਨ ਦੀ ਕਾਰਵਾਈ ਕੀਤੀ ਜਾਵੇ, ਅਸੀਂ ਦੇਖੋ ਅਸੀਂ ਕਿਰਾਏਦਾਰ ਹਾਂ, ਠੀਕ ਹੈ, ਅਸੀਂ ਮਾਲਕ ਥੋੜ੍ਹੀ ਹਾਂ, ਜਿਹੜਾ ਮਾਲਕ ਆ ਪੁਲਿਸ ਪ੍ਰਸ਼ਾਸਨ ਡੀ ਸੀ ਸਾਹਿਬ ਨੂੰ ਚਾਹੀਦਾ ਉਹ ਆ ਕੇ ਵਿੱਚ ਇੱਥੇ ਗੱਲ ਕਰਨ, ਜਿਹੜਾ ਮਾਲਕ ਅਸੀਂ ਉਹਨੂੰ ਕਿਰਾਇਆ ਦੇ ਦਾਂਗੇ, ਸਾਡਾ ਕੀ ਇਹ 'ਚ ਨੁਕਸਾਨ, ਸਾਡਾ ਕਿਉਂ ਨੁਕਸਾਨ ਕਰ ਰਹੇ ਨੇ, ਸਾਨੂੰ ਸਾਡਾ ਨੁਕਸਾਨ ਕਰਦੇ, ਸਾਡੀ ਲੱਤ ਬਾਂਹ ਤੋੜੇ, ਸਾਨੂੰ ਮਾਰ ਰਹੇ ਨੇ, ਅਸੀਂ ਕੀ ਕਰਦੇ, ਇਸ ਤਾਂ ਡਰਦੇ ਮਾਰੇ, ਇਸ ਤਾਂ ਨਿੱਕੇ ਸਾਨੂੰ ਕੱਢ ਕੇ ਬਾਹਰ ਕੱਢ। ਪੁਲਿਸ ਕੋਈ ਮੌਕੇ 'ਤੇ ਨਹੀਂ ਪਹੁੰਚੀ, ਮੇਰੇ ਕੋਲ ਫੋਨ ਨੰਬਰ ਹੀ ਡਿਟੇਲ ਆ, ਮੈਂ ਫੋਨ ਕੀਤਾ, ਡੀ ਐਸ ਪੀ ਸਾਹਿਬ ਨੇ ਫੋਨ ਨਹੀਂ ਚੱਕਿਆ, ਸਾਰਿਆਂ ਨੂੰ ਫੋਨ ਲਾਏ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਪੁਲਿਸ ਪਹੁੰਚੀ, ਪੁਲਿਸ ਆ ਕੇ ਹੁਣ ਐਂ ਕਹਿ ਰਹੀ ਆ ਵੀ ਤੁਸੀਂ ਸਾਡੇ ਦਫ਼ਤਰ 'ਚ ਆ ਜਾਓ, ਉੱਥੇ ਬਹਿ ਕੇ ਅਸੀਂ ਮਸਲਾ ਹੱਲ ਕਰਾਂਗੇ। ਉੱਥੇ ਕਿਉਂ ਕਰਾਂਗੇ ਅਸੀਂ ਮਸਲਾ ਹੱਲ, ਇੱਥੇ ਕਰਾਂਗੇ, ਜੋ ਸਾਡੀ ਮਾਰਕੀਟ ਨਾਲ ਧੱਕਾ ਹੋਇਆਗਾ, ਪੁਲਿਸ ਪ੍ਰਸ਼ਾਸਨ ਇੱਥੇ ਆਵੇ, ਇੱਥੇ ਆ ਕੇ ਪੁੱਛੇ ਵੀ ਕੀ ਗੱਲਬਾਤ ਹੋਈ, ਕੀ ਨੁਕਸਾਨ ਹੋਇਆ। ਵਪਾਰੀ ਵੀ ਇਹਨਾਂ ਦੇ ਵਿਰੋਧ ਬੰਦ ਦੀ ਕਾਰਵਾਈ ਕੀਤੀ ਜਾਵੇ, ਇਹਨਾਂ 'ਤੇ ਪਰਚਾ ਦਰਜ ਕੀਤਾ ਜਾਵੇ, ਜਿਹੜੇ ਗੁੰਡਾਗਰਦੀ ਕਰਦੇ, ਇਹ ਗੁੰਡਾਗਰਦੀ ਇਹਨਾਂ ਨੇ ਇਹੀ ਗੁੰਡਾਗਰਦੀ ਅਕਾਲੀ ਦਲ ਦੇ ਰਾਜ ਵਿੱਚ ਵੀ ਕੀਤੀ ਸੀ, ਤਾਂ ਹੀ ਅੱਜ ਇਹਨੇ ਸਿੱਕਾ 2 ਆਈਆਂ ਨਹੀਂ, 3 ਆਈਆਂ ਨੇ, ਇਹਨਾਂ ਨੂੰ ਜੀਓ ਕਰਕੇ, ਤਾਂ ਇਹਨਾਂ ਦੀ ਬਦਮਾਸ਼ੀ ਕਰਕੇ ਇਹਨਾਂ ਨੇ ਹੁਣ ਬਦਮਾਸ਼ੀ ਇੱਥੇ ਸ਼ੁਰੂ ਕਰਤੀ ਇਹਨਾਂ ਨੇ ਦੁਬਾਰੇ। ਬਰਨਾਲੇ ਬੱਸ ਸਟੈਂਡ ਆਲੇ ਦੁਆਲੇ ਬਹੁਤ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਕਿ ਡੇਰਾ ਬਾਬਾ ਗਾਂਧਾ ਜੋ ਡੇਰਾ ਹੈਗਾ ਸੀ ਉਹਦੇ ਜ਼ਮੀਨ ਦੇ ਉੱਤੇ ਬਣੀਆਂ ਨੇ, ਬਣਾਈਆਂ ਗਈਆਂ ਅਤੇ ਕਈ ਦਹਾਕਿਆਂ ਤੋਂ ਇੱਕ ਸਿਵਲ ਡਿਸਪਿਊਟ ਵੱਖ ਵੱਖ ਅਦਾਲਤਾਂ ਦੇ ਵਿੱਚ ਜਿਹੜੇ ਚੱਲ ਰਹੇ ਨੇ, ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪਾਸੇ ਆ ਅਤੇ ਡੇਰਾ ਬਾਬਾ ਗਾਂਧਾ ਦੇ ਪੰਥ ਜਿਹੜੇ ਨੇ ਉਹ ਇੱਕ ਪਾਸੇ ਨੇ, ਉਹਨਾਂ ਦੇ ਵੀ ਦੋ ਧੜੇ ਨੇ। ਸੋ ਵੱਖ ਵੱਖ ਸਮਿਆਂ 'ਤੇ ਵੱਖ ਵੱਖ ਇਹ ਜਿਹੜੇ ਡਿਸਪਿਊਟ ਚੱਲਦੇ ਆ ਰਹੇ ਨੇ ਅਤੇ ਜਿਹੜੀਆਂ ਇਹ ਜ਼ਮੀਨਾਂ ਨੇ ਜਾਂ ਇਹ ਜਿਹੜੀਆਂ ਦੁਕਾਨਾਂ ਨੇ ਇਹਨਾਂ ਦੇ ਜਿਹੜੇ ਕਬਜ਼ੇ ਵੀ ਜਿਹੜੇ ਆ ਉਹ ਵੱਖ ਵੱਖ ਸਮਿਆਂ 'ਤੇ ਚੱਲ ਰਹੇ ਸੀਗੇ। ਜੋ ਮੌਜੂਦਾ ਮੁੱਦਾ ਹੈਗਾ ਇਹ ਜੋ ਬੱਸ ਸਟੈਂਡ ਦੇ ਆਲੇ ਦੁਆਲੇ ਕੁਛ ਦੁਕਾਨਾਂ ਨੇ ਜਿਨ੍ਹਾਂ ਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਕਿਰਾਏ 'ਤੇ ਦਿੱਤਾ ਗਿਆ ਸੀਗਾ ਕੁਝ ਦੁਕਾਨਦਾਰਾਂ ਨੂੰ ਕਾਫੀ ਲੰਬੇ ਸਮੇਂ ਤੋਂ ਲੀਜ਼ ਦੇ ਉੱਤੇ, ਜਿਵੇਂ ਬੜੇ ਨੋਮੀਨਲ ਕਿਰਾਏ ਦੇ ਉੱਤੇ ਦਿੱਤਾ ਗਿਆ ਹੋਇਆ ਹੈਗਾ। ਸੋ ਉਹ ਕਿਰਾਏ ਨੂੰ ਲੈ ਕੇ ਇਹਨਾਂ ਦਾ ਕੁਝ ਡਿਸਪਿਊਟ ਪੈਦਾ ਹੋਇਆ ਹੈਗਾ। ਕਿਰਾਏ ਜੋ ਸ਼੍ਰੋਮਣੀ ਕਮੇਟੀ ਵੱਲੋਂ ਇਹ ਐਲੀਗੇਸ਼ਨ ਲਾਏ ਜਾ ਰਹੇ ਨੇ ਕਿ ਦੁਕਾਨਦਾਰਾਂ ਨੇ ਉਹ ਕਿਰਾਏ ਨਹੀਂ ਭਰੇ, ਜਿਹਦੇ ਕਰਕੇ ਜੋ ਇਹਨਾਂ ਦੀ ਕਿਰਾਏਨਾਮੇ ਦੀ ਸ਼ਰਤ ਹੈ ਉਹਦੇ ਮੁਤਾਬਕ ਇਹਨਾਂ ਨੇ ਜਿੰਦੇ ਲਾਏ ਨੇ। ਜਿਹੜੇ ਦੁਕਾਨਦਾਰ ਨੇ ਉਹਨਾਂ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਕਿ ਬਿਨਾਂ ਦੱਸੇ ਪੁੱਛੇ ਜਿਹੜਾ ਉਹਨਾਂ ਦੀਆਂ ਦੁਕਾਨਾਂ ਦੇ ਉੱਤੇ ਜਿੰਦਰੇ ਲਾਏ ਗਏ ਨੇ। ਸੋ ਆਪਾਂ ਦੋਨਾਂ ਧਿਰਾਂ ਨਾਲ ਹੁਣ ਗੱਲਬਾਤ ਕਰ ਰਹੇ ਹਾਂ, ਦੋਨਾਂ ਦੀ ਮੀਟਿੰਗ ਕਰਾ ਕੇ ਜਿਹੜਾ ਕਿ ਬਿਲਕੁਲ ਜੋ ਲੀਗਲੀ ਸਹੀ ਇਹਦਾ ਹੱਲ ਕੱਢਿਆ ਜਾਏਗਾ ਅਤੇ ਮੁਕੱਦਮੇ ਨੂੰ ਰਿਜ਼ੋਲਵ ਕੀਤਾ ਜਾਏਗਾ, ਸਾਰਾ ਵੈਰੀਫਾਈ ਕਰ ਰਹੇ ਹਾਂ। ਦੇਖੋ ਕੋਈ ਵੀ ਜੇ ਇਹੋ ਜਿਹੀ ਕਿਸੇ ਨੇ ਕੋਈ ਗਲਤ ਗੱਲ ਕੀਤੀ ਹੋਏਗੀ ਤਾਂ ਆਪਾਂ
ਬਣਦੀ ਕਾਨੂੰਨੀ ਕਾਰਵਾਈ ਕਰਾਂਗੇ, ਉਹਦੇ ਖਿਲਾਫ਼ ਪਰਚਾ ਦੇ ਦਿਆਂਗੇ। ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੈ, ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈ। ਆਪਾਂ ਬਿਲਕੁਲ ਜਿਹੜੀਆਂ ਦੋਨੇ ਧਿਰਾਂ ਨੇ ਉਹਨਾਂ ਨੂੰ ਵੱਖ ਵੱਖ ਕਰ ਦਿੱਤਾ ਹੈਗਾ ਆ। ਦੁਕਾਨਦਾਰ ਜਿਹੜੇ ਨੇ ਉਹ ਇੱਕ ਪਾਸੇ ਧਰਨਾ ਲਾ ਰਹੇ ਨੇ, ਜਿਹੜੇ ਸ਼੍ਰੋਮਣੀ ਕਮੇਟੀ ਅਤੇ ਉਹਨਾਂ ਦੀ ਟਾਸਕ ਫੋਰਸ ਹੈ ਉਹਨਾਂ ਨੂੰ ਅਲੱਗ ਕਰ ਦਿੱਤਾ ਗਿਆ। ਇਹਨਾਂ ਨੂੰ ਬਿਲਕੁਲ ਵੀ ਇੱਕ ਦੂਜੇ ਦੇ ਨਾਲ ਕੋਈ ਝੜਪ ਜਾਂ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੋਣ ਦਿੱਤੀ ਜਾਏਗੀ। ਜੇਕਰ ਕੋਈ ਇਹੋ ਜਿਹੀ ਮਾਹੌਲ ਨੂੰ ਖਰਾਬ ਕਰਦਾ ਜਾਂ ਹੋਰ ਵੀ ਅਫਵਾਹਾਂ ਫੈਲਾ ਕੇ ਜੇਕਰ ਕੋਈ ਭਾਈਚਾਰਕ ਸਾਂਝ ਨੂੰ ਖਰਾਬ ਕਰਦਾ, ਉਹਦੇ ਉਹਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ। ਮੈਂ ਬਲਜਿੰਦਰ ਧਾਲੀਵਾਲ ਐਡਵੋਕੇਟ। ਇੱਥੇ ਜੋ ਡੇਰਾ ਬਾਬਾ ਗਾਂਧਾ ਸਿੰਘ ਦੀਆਂ ਦੁਕਾਨਾਂ ਨੇ ਬੱਸ ਸਟੈਂਡ ਦੇ ਕੋਲ, ਇਹਦੇ ਵਿੱਚ ਮੇਰਾ ਵੀ ਇੱਕ ਇੰਸਟੀਚਿਊਟ ਹੈ ਔਰ ਅਸੀਂ ਇਹ ਜਿਹੜਾ ਪੁਰਾਣਾ ਪਹਿਲਾਂ ਇਹ ਜਗ੍ਹਾ ਜਿਹੜੀ ਸ਼੍ਰੋਮਣੀ ਕਮੇਟੀ ਕੋਲ ਸੀ, ਸ਼੍ਰੋਮਣੀ ਕਮੇਟੀ ਕੋਲ ਹੁਣ ਕਰਕੇ ਇਹਨਾਂ ਨੂੰ ਅਸੀਂ ਸਾਰਾ ਕਿਰਾਇਆ ਦਿੰਦੇ ਸੀ। ਪਰ 23/12/2023 ਨੂੰ ਜੋ ਡੇਰੇ ਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਸ ਵਿੱਚ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਸੀ, ਉਹਦੇ ਵਿੱਚ ਹਾਈ ਕੋਰਟ ਨੇ ਡੇਰਾ ਮੰਨਿਆ ਹੋਇਆ ਸੀ ਕਿ ਪ੍ਰੋਪਰਟੀ ਹੈ, ਜਗ੍ਹਾ ਜਿਹੜੀ ਸਾਰੀ ਦੁਕਾਨਾਂ ਡੇਰੇ ਦੀਆਂ ਨੇ। ਉਸ ਤੋਂ ਬਾਅਦ ਇਹਨਾਂ ਨੇ ਸੁਪਰੀਮ ਕੋਰਟ 'ਚ ਕੇਸ ਕਰਤਾ ਸ਼੍ਰੋਮਣੀ ਕਮੇਟੀ ਨੇ। ਹੁਣ 15/12/2023 ਨੂੰ ਸ਼੍ਰੋਮਣੀ ਕਮੇਟੀ ਉੱਥੋਂ ਕੇਸ ਵਾਪਸ ਲੈ ਗਈ। ਹੁਣ ਇਸ ਜਗ੍ਹਾ ਦੇ ਨਾਲ ਸ਼੍ਰੋਮਣੀ ਕਮੇਟੀ ਦਾ ਕੋਈ ਤਲਕ ਨਹੀਂ। ਡੇਰਾ ਬਾਬਾ ਗਾਂਧਾ ਸਿੰਘ ਦੀ ਇਹ ਜਗ੍ਹਾ ਜਿਹੜੀ ਮਾਲਕੀ ਹੈ, ਉਹਦੇ ਮਹੰਤ ਪਿਆਰਾ ਸਿੰਘ ਨੇ ਉਹਨਾਂ ਨੇ ਬਕਾਇਦਾ ਸਾਰੀਆਂ ਦੁਕਾਨਾਂ 'ਤੇ ਆ ਕੇ ਦੁਕਾਨਦਾਰਾਂ ਨੂੰ ਆਪਣੇ ਸਬੂਤ ਵੀ ਦਿਖਾਏ ਔਰ ਦੁਕਾਨਦਾਰਾਂ ਨੂੰ ਸਾਰੇ ਬਾਬਾ ਪਿਆਰਾ ਸਿੰਘ ਨੂੰ ਕਿਰਾਇਆ ਦੇ ਰਹੇ ਨੇ। ਅਸੀਂ ਇਹਨਾਂ ਨੂੰ ਕਿਹਾ ਵੀ ਅਗਰ ਤੁਹਾਨੂੰ ਕੋਈ ਦਿੱਕਤ ਆ ਤਾਂ ਬਾਬੇ ਪਿਆਰੇ ਨਾਲ ਤੁਸੀਂ ਗੱਲ ਕਰ ਲਓ। ਹੁਣ ਅਸੀਂ ਮੁੱਢਲੀ ਤੌਰ 'ਤੇ ਤਾਂ ਇਹਨਾਂ ਨੇ ਦੁਕਾਨਾਂ ਦੀ ਇੱਥੇ ਲੱਕੀ ਦੀ ਪ੍ਰਧਾਨ ਦੀ ਆਪਣੇ ਸਾਡੇ ਜਿਹੜੀ ਯੂਨੀਅਨ ਬਣਾਈ ਹੈ ਇੱਕ ਤਰ੍ਹਾਂ ਦਾ ਵਪਾਰ ਮੰਡਲ ਵੱਲੋਂ, ਉਹਦੇ ਪ੍ਰਧਾਨ ਨੇ ਇਹਨਾਂ ਨੂੰ ਆ ਕੇ ਟਾਰਗੇਟ ਕੀਤਾ ਡਰਾਉਣ ਦੀ ਧਮਕਾਉਣ ਦੀ ਨੀਤ ਨਾਲ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਗੁੰਡਾਗਰਦੀ ਕੀਤੀ ਹੈ ਅਤੇ ਤੋੜਭੰਨ ਕੀਤੀ ਹੈ ਅਤੇ ਇਹਨੂੰ ਚੱਕਣ ਦੀ ਨੀਤ ਨਾਲ ਵੀ ਉਹ ਵਰਤੀ, ਇਹਨੇ ਭੱਜ ਕੇ ਆਪਣੀ ਜਾਨ ਬਚਾਈ। ਹੁਣ ਅਸੀਂ ਸਾਰੇ ਦੁਕਾਨਦਾਰ ਭਰਾ ਇਕੱਠੇ ਹੋ ਕੇ ਪ੍ਰਸ਼ਾਸਨ ਤੋਂ ਇਹ ਮੰਗ ਕਰਾਂਗੇ ਇਹਨਾਂ ਕੋਲ ਲੀਗਲ ਕਾਗਜ਼ ਆ ਜਿਹੜਾ ਸਾਨੂੰ ਕੋਈ ਕਿਰਾਇਆ ਲੈਣ ਦਾ ਦਿਖਾਇਆ ਜਾਵੇ। ਜਦੋਂ ਕਿ ਸਾਡੇ ਕੋਲ ਕਾਗਜ਼ ਨੇ, ਤੁਹਾਨੂੰ ਥੋੜ੍ਹੇ ਸਮੇਂ ਤੱਕ ਅਸੀਂ ਪੇਪਰ ਵੀ ਦਿਖਾ ਸਕਦੇ ਹਾਂ ਜਿਹੜਾ ਇਹਨਾਂ ਨੇ ਕੇਸ ਵਾਪਸ ਲਿਆ, ਅਤੇ ਇਸ ਕਰਕੇ ਅਸੀਂ ਇਹੀ ਪ੍ਰਸ਼ਾਸਨ ਤੋਂ ਜਾਂ ਬੰਦ ਕਰਾਂ। ਮੇਰਾ ਨਾਮ ਅਮਨ ਕਾਲਾ ਹੈ ਜੀ, ਜੈ ਸ਼੍ਰੀ ਰਾਮ। ਮੈਂ ਵੀਰ ਜੀ ਇਹ ਕਹਿਣਾ ਚਾਹੁੰਦਾ, ਜਿਹੜੇ ਇਹ ਦੁਕਾਨਾਂ ਨੇ ਅੱਜ ਤੋਂ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਤੋਂ ਲਈਆਂ ਸੀ, ਉਹਨਾਂ ਨੇ ਸਾਨੂੰ ਦਿਖਾਇਆ ਸੀ ਇਹ ਦੁਕਾਨਾਂ ਗੁਰਦੁਆਰੇ। ਹੁਣ ਮੰਨ ਲਓ ਇੱਕ ਦੁਕਾਨ ਹੈ, ਕੱਲ੍ਹ ਕਿਸੇ ਦੇ ਮੰਨ ਲਓ ਕਿਸੇ ਦੇ ਨਾਮ ਹੈ, ਆਪਾਂ ਕਿਰਾਇਆ ਉਹਨੂੰ ਹੀ ਦੇਵਾਂਗੇ। ਅੱਜ ਇਹਨਾਂ ਨੇ ਮਾਲਕੀ ਪੇਸ਼ ਕਰਦੇ ਸੀ, ਇਹਨਾਂ ਨੂੰ ਕਿਰਾਇਆ ਦੇ ਰਹੇ ਹੈਗੇ, ਇਹ 'ਚ ਸਾਡਾ ਦੁਕਾਨਦਾਰਾਂ ਦਾ ਕੀ ਕਸੂਰ ਹੈ ਜੀ? ਕੱਲ੍ਹ ਨੂੰ ਤੀਜਾ ਬੰਦਾ ਹੋਰ ਆਜੂਗਾ, ਫਿਰ ਅਸੀਂ ਕੀ ਕਰਾਂਗੇ ਜੀ? ਕੱਲ੍ਹ ਅੱਜ ਮੰਨ ਲਓ ਅਸੀਂ ਗੁਰਦੁਆਰਾ ਸਾਹਿਬ ਨੂੰ ਨਹੀਂ ਦਿੰਦੇ ਕਿਰਾਇਆ ਦੇ ਰਹੇ ਅੱਜ, ਕੱਲ੍ਹ ਨੂੰ ਪਿਆਰਾ ਬਾਬਾ ਲੈ ਕੇ ਆ ਗਿਆ ਵੀ 100 ਬੰਦਾ, ਅਸੀਂ ਕਿੱਥੇ ਜਾਵਾਂਗੇ ਜੀ? ਦੁਕਾਨਦਾਰ ਬਾਬੇ ਨੇ ਆਪਦੀ ਮਾਲਕੀ ਪੇਸ਼ ਕਰਤੀ, ਵੀ ਆ ਦੇਖੋ ਮੈਂ ਸੁਪਰੀਮ ਕੋਰਟ 'ਚ ਹੈਗਾ, ਅਸੀਂ ਦੱਸੋ ਕਿੱਥੇ ਜਾਵਾਂਗੇ ਜੀ? ਅੱਜ ਕੋਈ ਨੋਟਿਸ ਜਾਂ ਕੋਈ ਵਾਰਨਿੰਗ ਸੀਗੀ ਪਹਿਲਾਂ? ਨਾ, ਸਾਨੂੰ ਕੋਈ ਵਾਰਨਿੰਗ ਨਹੀਂ, ਕੋਈ ਨੋਟਿਸ ਨਹੀਂ ਜੀ ਸਾਨੂੰ। ਸਾਡਾ ਸਾਰਾ ਸਮਾਨ ਅੰਦਰ ਪਿਆ ਜੀ, ਤੋੜਭੰਨ ਵੀ ਕੀਤੀ ਗਈ ਆ, ਦੁਕਾਨਾਂ ਦੇ ਜਿੰਦੇ ਵੀ ਲਾਏ ਗਏ ਨੇ। ਅਸੀਂ ਚਾਹੁੰਦੇ ਇਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਆ, ਜਿਹਨਾਂ ਨੇ ਗੁੰਡਾਗਰਦੀ ਕੀਤੀ ਆ ਜੀ। ਬੈਠਣ ਟੇਬਲ 'ਤੇ ਅਸੀਂ ਗੱਲ ਕਰਨ ਨੂੰ ਤਿਆਰ ਹੈ, ਦੁਕਾਨਾਂ ਦੇ ਜਿੰਦੇ ਖਿਲਾਓ ਅਸੀਂ ਬੈਠਦੇ ਜੀ, ਅਸੀਂ ਬੈਠਣ ਲਈ ਤਿਆਰ ਹਾਂ। ਸਾਰੇ ਦੁਕਾਨਦਾਰ ਜਿਹੜਾ ਹੋਊਗਾ ਅਸੀਂ ਉਹਨੂੰ ਕਿਰਾਇਆ ਦੇਵਾਂਗੇ, ਪਰ ਜਿੰਦੇ ਖਿਲਾਓ ਪਹਿਲਾਂ, ਸਾਡੇ ਇਹ ਗੁੰਡਾਗਰਦੀ ਨਾਲ ਕੋਈ ਦੁਕਾਨਦਾਰ ਨਹੀਂ ਖੁੱਲੂਗੀ। ਅਸੀਂ ਚਾਹੇ ਜਿੰਨਾ ਮਰਜ਼ੀ ਧਰਨਾ ਲੰਬਾ ਚੱਲੇ ਅਸੀਂ ਚਲਾਵਾਂਗੇ।